ਹਾਂਜੀ ਪਿਆਰੇ ਬੱਚਿਓ ਰੀਜਨਿੰਗ ਪਾਰਟ 4 ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੋ ਕੁਐਸਚਨ ਮੈਂ ਤੁਹਾਨੂੰ ਵੀਡੀਓ ਤੀਜੀ ਮਤਲਬ ਰੀਜਨਿੰਗ ਪਾਰਟ ਤੀਜੀ ਦੇ ਵਿੱਚ ਕੁਐਸਚਨ ਹੱਲ ਕਰਨ ਵਾਸਤੇ ਦਿੱਤੇ ਸੀ ਉਹ ਆਪਾਂ ਇਸ ਵੀਡੀਓ ਦੇ ਐਂਡ ਦੇ ਵਿੱਚ ਡਿਸਕਸ ਕਰਾਂਗੇ ਪਹਿਲਾਂ ਆਪਾਂ ਥਰਡ ਪਾਰਟ ਨੂੰ ਕੰਟੀਨਿਊ ਕਰਦੇ ਹਾਂ 40 ਕੁਐਸਚਨ ਆਪਾਂ ਪਹਿਲਾਂ ਡਿਸਕਸ ਕਰ ਲਈ ਸੀ ਹੁਣ ਆਪਾਂ 41ਵਾਂ ਕੁਐਸਚਨ ਦੇਖਦੇ ਹਾਂ ਵੀ ਉਹ ਕੀ ਕਹਿੰਦਾ ਆਪਾਂ ਨੂੰ ਦੇਖੋ ਰਕਮ ਚਿੱਤਰ x ਵਿੱਚ x ਚਿੱਤਰ ਜਿਹੜਾ ਆਪਣੇ ਕੋਲੇ ਬਣਿਆ ਹੋਇਆ ਹੈ ਇਹ ਵਾਲਾ ਇਹਦੇ ਵਿੱਚ ਦਿੱਤੇ ਹੋਏ ਚਾਰ ਚਿੱਤਰਾਂ ਵਿੱਚੋਂ ਕਿਸ ਵਿੱਚ ਛੁਪਿਆ ਹੋਇਆ ਹੈ ਮਤਲਬ ਜਿਹੜਾ ਚਿੱਤਰ x ਦੇ ਵਿੱਚ ਬਣਿਆ ਹੋਇਆ ਹੈ ਨਾ ਇਹ ਵਾਲਾ ਇਹ ਵਾਲਾ ਇਹ ਆਪਾਂ ਦੇਖਣਾ ਇਹਨਾਂ ਦੇ ਵਿੱਚੋਂ ਕਿਹਦੇ ਵਿੱਚ ਇਹ ਹੈਗਾ ਮਤਲਬ ਜਿਹਦੇ ਵਿੱਚ ਹੈਗਾ ਉਹ ਆਪਾਂ ਲੱਭਣਾ ਵੀ ਕਿਹਦੇ ਵਿੱਚ ਇਹ ਛੁਪਿਆ ਹੋਇਆ ਹੈ ਦੇਖੋ ਇਹਦੇ ਵਿੱਚ ਹੈਗਾ ਵੀ ਇਹਦੇ ਵਿੱਚ ਨਹੀਂ ਹੈ ਦੇਖੋ ਦੇਖੋ ਐਸਜੀ ਤਾਂ ਹੈਗੀ ਆ ਪਰ ਇਹਦੀ ਆਹ ਪੂੰਜੀ ਨਹੀਂ ਹੈਗੀ ਠੀਕ ਹੈ ਬੀ ਦੇ ਵਿੱਚ ਬੀ ਦੇ ਵਿੱਚ ਦੇਖੋ ਪੂਰਾ ਹੀ ਹੈ ਤੇ ਇਹਦੀ ਆ ਵੀ ਹੈਗੀ ਆ ਆ ਭਾਵੇਂ ਵੱਧਾ ਹੈ ਵੱਧਾ ਵਾਲਾ ਵੀ ਹੋਵੇ ਕੋਈ ਦਿੱਕਤ ਨਹੀਂ ਇਹ ਹੋਣਾ ਚਾਹੀਦਾ ਤਾਂ ਇਹ ਹੈਗਾ ਨਾ ਤਾਂ ਇਹਦੇ ਲਈ ਜਿਹੜੀ ਆਪਸ਼ਨ ਹੈ ਦੋ ਤੀਜੇ ਦੇ ਵਿੱਚ ਵੀ ਉਹ ਪੂੰਜੀ ਨਹੀਂ ਹੈ ਇਹਦੀ ਚੌਥੇ ਦੇ ਵਿੱਚ ਵੀ ਨਹੀਂ ਹੈ ਤਾਂ ਇਹਦੇ ਲਈ ਸਹੀ ਆਪਸ਼ਨ ਹੈ ਜਿਹੜੀ ਜਿਹਦੇ ਵਿੱਚ ਇਹ ਦਿਸ ਰਿਹਾ ਮਤਲਬ ਜਿਹੋ ਜਿਹਾ ਹੈਗਾ ਉਹੋ ਜਿਹਾ ਹੀ ਦਿਸਦਾ ਪੂਰਾ ਉਹ ਕਿਹੜੀ ਆਪਸ਼ਨ ਹੈ ਦੂਜੀ ਤਾਂ ਜਿਹੜਾ ਇਹ ਐਕਸ ਹੈ ਇਹ ਕਿਹੜੀ ਆਪਸ਼ਨ ਦੇ ਵਿੱਚ ਸੁਪਿਆ ਕਿਹੜੀ ਚਿੱਤਰ ਦੇ ਵਿੱਚ ਆਪ ਨੂੰ ਦਿਸ ਰਿਹਾ ਦੂਜੇ ਦੇ ਲਈ ਕਲੀਅਰ ਅਗਲਾ ਕੁਐਸਚਨ 42 ਮਾ ਚਿੱਤਰ ਐਕਸ ਵਿੱਚ ਦਰਪਨ ਦਾ ਪ੍ਰਤੀਬਿੰਬ ਦੱਸੋ ਦਰਪਨ ਦਾ ਪ੍ਰਤੀਬਿੰਬ ਮਤਲਬ ਇਹ ਸ਼ੀਸ਼ੇ ਦੇ ਵਿੱਚ ਕਿਵੇਂ ਦੀ ਸੁਗਾ ਦੇਖੋ ਤੁਸੀਂ ਡੇਲੀ ਸ਼ੀਸ਼ਾ ਦੇਖਦੇ ਹੀ ਹੋਵੋਗੇ ਜਦੋਂ ਆਪਾਂ ਸ਼ੀਸ਼ੇ ਦੇ ਵਿੱਚ ਦੇਖਦੇ ਹਾਂ ਨਾ ਤੁਸੀਂ ਨੋਟ ਕਰਿਓ ਵੀ ਜਿਹੜਾ ਤੁਹਾਡਾ ਸੱਜਾ ਪਾਸਾ ਹੈ ਉਹ ਖੱਬਾ ਪਾਸਾ ਦਿਸੂਗਾ ਜਿਹੜਾ ਖੱਬਾ ਪਾਸਾ ਹੈ ਉਹ ਸੱਜਾ ਪਾਸਾ ਮਤਲਬ ਪਾਸਾ ਪਲਟ ਜਾਣਾ ਹੋਰ ਕੁਝ ਨਹੀਂ ਦਿਸੂਗਾ ਤਾਂ ਸੇਮ ਹੀ ਉੱਡਾ ਹੀ ਦਿਸੂਗਾ ਪਰ ਕੀ ਹੈ ਜਿਹੜਾ ਤੁਹਾਡਾ ਸੱਜਾ ਪਾਸਾ ਉਹ ਖੱਬਾ ਦਿਸੂਗਾ ਜਿਹੜਾ ਖੱਬਾ ਪਾਸਾ ਹੈ ਉਹ ਸੱਜਾ ਤੁਸੀਂ ਦੇਖ ਸਕਦੇ ਹੋ ਸ਼ੀਸ਼ੇ ਮੂਰੇ ਖੜ ਕੇ ਵੀ ਤੁਸੀਂ ਇੱਕ ਹੱਥ 'ਚ ਪੈਨ ਫੜ ਲਈਓ ਮੰਨ ਲਓ ਖੱਬੇ ਹੱਥ 'ਚ ਤੁਸੀਂ ਪੈਨ ਫੜ ਲਿਆ ਤਾਂ ਉਹ ਸ਼ੀਸ਼ੇ ਦੇ ਵਿੱਚ ਲੱਗੂਗਾ ਵੀ ਉਹ ਸੱਜੇ ਹੱਥ 'ਚ ਪੈਨ ਫੜਿਆ ਹੋਇਆ ਤੁਸੀਂ ਉਵੇਂ ਆਪਾਂ ਕੀ ਕਰਨਾ ਹੈ ਇਹਦੇ ਵਿੱਚ ਸਿਰਫ ਪਾਸਾ ਚੇਂਜ ਕਰਨਾ ਹੈ ਜੇ ਉਹ ਸੱਜੇ ਪਾਸੇ ਆ ਤਾਂ ਆਪਾਂ ਖੱਬੇ ਹੁਣ ਇਹਦੇ ਵਿੱਚ ਜਿਹੜਾ ਡਿਜ਼ਾਈਨ ਜਾਂ ਬਣਿਆ ਹੋਇਆ ਹੈ ਕਿਹੜੇ ਪਾਸੇ ਬਣਿਆ ਹੋਇਆ ਬੇਟਾ ਜੇ ਆਪਾਂ ਗੱਲ ਕਰੀਏ ਆਪ ਆਪਣੇ ਪਾਸੇ ਦੀ ਗੱਲ ਕਰੀਏ ਖੱਬੇ ਪਾਸੇ ਬਣਿਆ ਹੋਇਆ ਤਾਂ ਇਹਦੇ ਲਈ ਆਪਸ਼ਨ ਸਹੀ ਕਿਹੜੀ ਹੋਊਗੀ ਜਿਹਦੇ ਵਿੱਚ ਇਹ ਸੱਜੇ ਪਾਸੇ ਬਣਿਆ ਹੋਊਗਾ ਤਾਂ ਕਿਹਦੇ ਵਿੱਚ ਬਣਿਆ ਹੋਇਆ ਸੱਜੇ ਪਾਸੇ ਇਹਦੇ ਵਿੱਚ ਤਾਂ ਇਹਦੇ ਲਈ ਇਹ ਆਪਸ਼ਨ ਸਹੀ ਹੈ ਇਹ ਇਹਦਾ ਦਰਪਣ ਦਾ ਪ੍ਰਤੀਬਿੰਬ ਹੈ ਇਹ ਪੱਕਾ ਪੇਪਰ ਦੇ ਵਿੱਚ ਤੁਹਾਨੂੰ ਆਉਣਗੇ ਅਗਲਾ ਕੁਐਸਚਨ ਆਪਾਂ ਡਿਸਕਸ ਕਰਦੇ ਹਾਂ 43ਵਾਂ ਪਾਣੀ ਦਾ ਪ੍ਰਤੀਬਿੰਬ ਹੁਣ ਪਾਣੀ ਦੇ ਵਿੱਚ ਪਾਣੀ ਦੇ ਵਿੱਚ ਵੀ ਤੁਸੀਂ ਨੋਟ ਕੀਤਾ ਹੋਣਾ ਵੀ ਕਈ ਵਾਰੀ ਦਰਖਤ ਹੁੰਦੇ ਆ ਜਿਹੜੇ ਉਹ ਪਾਣੀ ਦੇ ਕਿਨਾਰੇ ਖੜੇ ਨੇ ਮੰਨ ਲਓ ਤਾਂ ਉਹ ਆਪਾਂ ਨੂੰ ਉਲਟੇ ਦਿਖਣਗੇ ਠੀਕ ਹੈ ਨਾ ਮਤਲਬ ਉਹਨਾਂ ਦੇ ਪੱਤਿਆਂ ਤੋਂ ਜੜਾਂ ਵੱਲ ਦੇਸਣਗੇ ਉਹਦਾ ਦਰਖਤ ਹੁੰਦਾ ਜੜ ਤੋਂ ਪੱਤਿਆਂ ਵੱਲ ਤਾਂ ਤੱਕ ਪੱਤੇ ਜਿਹੜੇ ਐਂਡ ਤੇ ਆ ਉਹਨਾਂ ਤੋਂ ਜੜ ਵੱਲ ਦਿਸੂਗਾ ਆਪਾਂ ਉਲਟਾ ਕਰਨਾ ਮਤਲਬ ਇਹਨੂੰ ਇਸ ਡਾਇਗਰਾਮ ਨੂੰ ਉਲਟਾ ਕਰਨਾ ਆਪਾਂ ਨੇ ਇਹ ਉਹ ਹੋਏ ਦਾ ਜਲ ਦਾ ਪ੍ਰਤੀਬਿੰਬ ਹੋਏਗਾ ਦੇਖੋ ਇਹਦੇ ਵਿੱਚ ਉਲਟਾ ਆਹਦਾ ਇਹਦੇ ਵਰਗੀ ਹੋਈ ਐ ਜਮਾਂ ਆਹਾਂ ਵੀ ਇਹਦੇ ਵਰਗੀ ਐ ਜਮਾਂ ਇਹ ਤਾਂ ਦੋਵੇਂ ਕੰਸਲੋਗ ਹੁਣ ਦੂਜੇ ਤੇ ਚੌਥੇ ਚ ਐ ਦੇਖੋ ਉਲਟਾ ਹੁੰਦਾ ਨਾ ਪਰ ਦੂਜੇ ਤੇ ਚੌਥੇ ਚ ਕੀ ਫਰਕ ਐ ਦੋਨੇ ਇੱਕੋ ਜਿਹੇ ਲੱਗਦੇ ਨੇ ਆਪਾਂ ਨੂੰ ਦੇਖਣ ਚ ਪਰ ਫਰਕ ਹੈ ਦੇਖੋ ਇਹਦੇ ਵਿੱਚ ਜਿਹੜੀਆਂ ਧਾਰੀਆਂ ਜੀਆਂ ਲਾਈਆਂ ਹੋਈਆਂ ਉੱਪਰਲੇ ਪਾਸੇ ਐਵੇਂ ਲਾਈਆਂ ਹੋਈਆਂ ਤਾਂ ਨੀਚਲੇ ਵਾਲੇ ਪਾਸੇ ਜਿਹਦੇ ਵਿੱਚ ਉਲਟ ਲੱਗੀਆਂ ਹੋਣੀਆਂ ਦੇਖੋ ਕਿਹਦੇ ਚ ਲੱਗੀਆਂ ਇਹਦੇ ਚ ਠੀਕ ਐ ਐਵੇਂ ਲੱਗੀਆਂ ਨੇ ਨਾ ਤਾਂ ਇਹ ਆਪਸ਼ਨ ਇਹਦੇ ਲਈ ਸਹੀ ਹੈ ਥੋੜਾ ਜਿਹਾ ਫਰਕ ਆ ਦੇਖੋ ਇਹਦਾ ਇਹਦੇ ਵਿੱਚ ਐਵੇਂ ਲੱਗੀਆਂ ਨੇ ਇਹਦੇ ਵਿੱਚ ਦੂਜੂ ਲੱਗੀਆਂ ਨੇ ਤਾਂ ਇਹ ਚੌਥੀ ਵਾਲੀ ਆਪਸ਼ਨ ਇਹਦੇ ਲਈ ਸਹੀ ਹੈ ਇਹ ਇਹਦਾ ਪਾਣੀ ਦਾ ਪ੍ਰਤੀਬਿੰਬ ਹੈ ਜਦੋਂ ਪਾਣੀ ਦਾ ਪ੍ਰਤੀਬਿੰਬ ਕਰਨਾ ਉਦੋਂ ਆਪਾਂ ਉਲਟਾ ਸਿਰ ਤੋਂ ਲੈ ਕੇ ਪੈਰਾਂ ਤੱਕ ਜੇ ਮੰਨ ਲਓ ਆਪਾਂ ਟਾਪ ਟੂ ਬਾਟਮ ਆਪਾਂ ਦੇਖतात ਆਪਾਂ ਪਾਣੀ ਦੇ ਵਿੱਚ ਕਿਵੇਂ ਦਿਖੂਗਾ ਬਾਟਮ ਟੂ ਟਾਪ ਠੀਕ ਹੈ ਸਿਰ ਤੋਂ ਪੈਰਾਂ ਤੱਕ ਜੇ ਹੈਗਾ ਤਾਂ ਉਹ ਆਪਾਂ ਨੂੰ ਪੈਰਾਂ ਤੋਂ ਸਿਰ ਤੱਕ ਦਿ세ਗਾ ਇਸ ਦੇ ਲਈ ਕਿਹੜੀ ਆਪਸ਼ਨ ਸਹੀ ਆਊਗੀ ਬੇਟਾ ਚੌਥੀ ਆਪਸ਼ਨ ਏ ਇਸ ਕੁਐਸਚਨ ਦੇ ਲਈ ਸਹੀ ਹੈ ਅਗਲਾ 44ਵਾਂ ਚਿੱਤਰ ਐਕਸ ਨੂੰ ਪੂਰਾ ਕਰਨ ਲਈ ਚਾਰਾਂ ਵਿੱਚੋਂ ਸਹੀ ਵਿਕਲਪ ਦੀ ਚੋਣ ਕਰੋ ਹੁਣ ਦੇਖੋ ਇਹ ਤਾਂ ਜਮਾਂ ਸਿੰਪਲ ਕੁਐਸਚਨ ਹੈ ਡਾਇਗਰਾਮ ਬਣੀ ਹੋਈ ਹੈ ਜਿੱਥੇ ਕੁਐਸਚਨ ਮਾਰਕ ਦਿੱਤਾ ਆਪਾਂ ਨੂੰ ਉੱਥੇ ਆਪਾਂ ਦੱਸਣਾ ਵੀ ਇਹ ਡਾਇਗਰਾਮ ਨੂੰ ਆਪਾਂ ਪੂਰਾ ਕਰਨਾ ਤਾਂ ਇੱਥੇ ਦੱਸਣਾ ਆਪਾਂ ਕਿਹੜਾ ਆਊਗਾ ਤਾਂ ਕਿਹੜਾ ਆਊਗਾ ਬੇਟਾ ਕਲੀਅਰ ਹੀ ਹੈ ਨਾ ਕਿਹੜਾ ਹੋਏਗਾ ਤੁਸੀਂ ਲੱਭ ਹੀ ਲਿਆ ਹੋਣਾ ਤਾਂ ਸੌਖਾ ਹੀ ਹੈ ਕਿਹੜਾ ਹੋਏਗਾ ਚੌਥਾ ਇਹਦੇ ਲਈ ਸਹੀ ਉੱਤਰ ਹੈ ਠੀਕ ਹੈ ਨਾ ਇਹ ਦੋ ਸਿਖ ਸੌਖਾ ਹੀ ਸੀ ਅਗਲਾ ਨਿਰਦੇਸ਼ ਤੇ ਆਪਾਂ ਲਾਪਨ 45 ਤੋਂ 46 ਕੁਐਸਚਨ ਲਈ ਚਿੱਤਰ A ਅਤੇ B ਵਿੱਚ ਆਪਸ ਵਿੱਚ ਕੋਈ ਸਬੰਧ ਹੈ ਉਸੇ ਹੀ ਸਬੰਧ ਅਨੁਸਾਰ ਪ੍ਰਸ਼ਨ ਚਿੰਨ੍ਹ ਦੀ ਜਗ੍ਹਾ ਉੱਤੇ ਕਿਹੜਾ ਚਿੱਤਰ ਆਏਗਾ ਪਹਿਲਾਂ ਆਪਾਂ A ਤੇ B ਨੂੰ ਦੇਖਦੇ ਹਾਂ ਵੀ ਉਹਨਾਂ 'ਚ ਕੀ ਸਬੰਧ ਹੈ ਉਹੀ ਸਬੰਧ ਆਪਾਂ C ਤੇ D ਲਈ ਬਣਾਉਣਾ ਹੋਊਗਾ ਦੇਖੋ ਵੀ ਪਹਿਲੀ A ਡਾਇਗਰਾਮ ਦੇ ਵਿੱਚ ਕੀ ਹੈ ਏ ਡਾਇਗਰਾਮ ਦੇ ਵਿੱਚ ਕੀ ਹੈ ਚੱਕਰ ਬਣਾਇਆ ਹੋਇਆ ਹੈ ਬੀ ਡਾਇਗਰਾਮ ਦੇ ਵਿੱਚ ਕੀ ਕੀਤਾ ਹੈ ਉਸੇ ਚੱਕਰ ਦੇ ਵਿੱਚ ਚਾਰ ਡੰਡੇ ਲਾਤੇ ਦੇਖੋ ਇੱਕ ਉੱਪਰੋਂ ਲਾਤਾ ਠੀਕ ਹੈ ਇੱਕ ਸਾਈਡ ਤੋਂ ਦੂਜੇ ਚਾਰ ਲਾਤੇ ਨਾ ਇੱਕ ਤਾਂ ਇਧਰੋਂ ਲਾਤਾ ਇੱਕ ਐਵੇਂ ਇੱਕ ਐਵੇਂ ਤੇ ਇੱਕ ਐਵੇਂ ਹੀ ਲਾਤੇ ਮਤਲਬ ਚੱਕਰ ਦੇ ਵਿੱਚ ਲਾਤੇ ਇਹ ਤਾਂ ਉਹਦੇ ਲਈ ਵੀ ਹੁਣ ਆਪਾਂ ਨੂੰ ਵਰਗ ਜਿਹਾ ਦਿੱਤਾ ਤਾਂ ਇਹਦੇ ਲਈ ਵੀ ਆਪਾਂ ਚਾਰ ਲਾ ਦਾਂਗੇ ਹੁਣ ਚਾਰ ਆ ਜਿਹੜੇ ਉਹ ਕਿਹੜੀ ਆਪਸ਼ਨ 'ਚ ਲੱਗੇ ਹੋਏ ਆ ਦੇਖੋ ਬੇਟਾ ਕਿਹੜੀ ਆਪਸ਼ਨ 'ਚ ਲੱਗੇ ਹੋਇਆ ਪਹਿਲੀ 'ਚ ਲੱਗੇ ਹੋਇਆ ਦੇਖੋ ਇਹਦੇ ਵਰਗੀ ਬਣੂਗੀ ਨਾ ਤਾਂ ਇਹਦੇ ਲਈ ਸਹੀ ਉੱਤਰ ਕੀ ਆਏਗਾ ਡੀ ਦੀ ਥਾਂ ਤੇ ਕੀ ਆਏਗਾ ਪਹਿਲੀ ਡਾਇਗਰਾਮ ਹੈ ਜਿਹੜੀ ਬਣੀ ਹੋਈ ਆ ਉਹ ਆਏਗੀ 46ਵਾਂ 46ਵਾਂ ਦੇਖੋ ਪ੍ਰਸ਼ਨ ਚਿੱਤਰ ਦੇ ਵਿੱਚ ਕੀ ਡਾਇਗਰਾਮ ਬਣੀ ਹੋਈ ਆ ਇੱਕ ਵਰਗ ਬਣਿਆ ਵਰਗ ਦੇ ਵਿੱਚ ਕੀ ਬਣੀ ਹੋਈ ਆ ਤਕੋਣ b ਦਾ ਕੀ ਰਿਲੇਸ਼ਨ ਆ ਵਰਗ ਤਾਂ ਉਮੀ ਪਿਆ ਪਰ ਜਿਹੜੀ ਤਕੋਣ ਬਣੀ ਸੀ ਨਾ ਉਹਨੂੰ 90 ਡਿਗਰੀ ਤੇ ਘੁਮਾ ਕੇ ਮਤਲਬ ਉਹਨੂੰ ਉਹਦਾ ਮੂੰਹ ਜਿਹੜਾ ਉਹ ਇਧਰ ਵੱਲ ਨੂੰ ਘੁਮਾ ਕੇ ਠੀਕ ਹੈ ਇਧਰ ਨੂੰ ਕਰਤਾ ਮਤਲਬ ਐਵੇਂ ਠੀਕ ਹੈ ਐਸ ਪਰ ਸੇ ਉਹਦਾ ਮੂੰਹ ਕਰਤਾ ਬਸ ਇੱਕ ਇੱਕ ਸੀਗੀ ਉਹ ਉਹ ਦੋ ਬਣਾਤੀਆਂ ਠੀਕ ਹੈ ਸਿੰਪਲ ਹੈ ਜਿਹੜੀ ਵਰਗ ਹੈ ਉਹ ਨੂੰ ਐਂ ਰਿਹਾ ਰਿਹਾ ਪਿਆ ਹੁਣ ਅਗਲੀ ਨੂੰ ਕੀ ਕਰਾਂਗੇ ਆਪਾਂ ਚੱਕਰ ਵਾਸਤੇ ਕੀ ਕਰਾਂਗੇ ਚੱਕਰ ਨੂੰ ਤਾਂ ਐਵੇਂ ਹੀ ਰੱਖਣਾ ਜਿਹੜੀ ਉਹਦੇ ਵਿੱਚ ਦੇਖੋ ਸ਼ੰਕੂ ਜਿਹਾ ਬਣਿਆ ਹੋਇਆ ਜਿਹੜਾ ਉਹਨੂੰ ਘੁਮਾ ਕੇ 90 ਡਿਗਰੀ ਤੇ ਇਧਰਲੇ ਪਾਸੋਂ ਐਵੇਂ ਠੀਕ ਹੈ ਐਵੇਂ ਕਰ ਦੇਣਾ ਮੂੰਹ ਉਹਦਾ ਇਧਰ ਨੂੰ ਦੋ ਬਣਾ ਦੇਣੇ ਇੱਕ ਦੀ ਥਾਂ ਤੇ ਕਿੰਨੇ ਬਣਾਉਣੇ ਆ ਦੋ ਤਾਂ ਕਿਹੜੀ ਆਪਸ਼ਨ ਹੈ ਦੇਖੋ ਉਹਦੇ ਲਈ ਸਹੀ ਆਪਸ਼ਨ ਕਿਹੜੀ ਆ ਚੌਥੀ ਜਿ ਬਣਿਆ ਹੋਇਆ ਦੇਖੋ ਜਿਵੇਂ ਕਮਾ ਕੇ ਦੋ ਇੱਕ ਅਗਲੇ ਪਾਸੇ ਜਿਵੇਂ ਇੱਥੇ ਲਾਏ ਹੋਇਆ ਊਮੀ ਇੱਥੇ ਲਾਏ ਹੋਇਆ ਤਾਂ ਇਹਦੇ ਲਈ ਸਹੀ ਆਪਸ਼ਨ ਕਿਹੜੀ ਹੈ ਲਾਸਟ ਵਾਲੀ ਆਪਸ਼ਨ ਇਹਦੇ ਲਈ ਸਹੀ ਹੈ ਅੱਗੇ ਦੇਖੋ ਨਿਰਦੇਸ਼ ਤੇ ਆਪਾਂ 47 ਤੋਂ 49 ਤੱਕ ਇੱਕ ਲੜੀ ਅਨੁਸਾਰ ਵਿਕਲਪ 1 2 3 4 ਵਿੱਚੋਂ ਕਿਹੜਾ ਪ੍ਰਸ਼ਨ ਚਿੱਤਰ ਜਿਹੜਾ ਚਿੱਤਰ ਪ੍ਰਸ਼ਨ ਅੰਕ ਦੀ ਜਗ੍ਹਾ ਤੇ ਆਏਗਾ ਆਪਾਂ ਪੈਟਰਨ ਬਣਿਆ ਹੋਇਆ ਹੈ ਫੁੱਲ ਜਿਹਦਾ ਤਾਂ ਆਪਾਂ ਦੱਸਾਂਗੇ ਵੀ ਉਹ ਇਹਦਾ ਕੁਐਸਚਨ ਮਾਰਕ ਆ ਉਹਦੀ ਥਾਂ ਤੇ ਕੀ ਆਏਗਾ ਪਹਿਲਾਂ ਆਪਾਂ ਇਹਨੂੰ ਪੈਟਰਨ ਨੂੰ ਸਮਝਦੇ ਹਾਂ ਕਿਵੇਂ ਆ ਦੇਖੋ ਇੱਕ ਤਾਂ ਪੈਟਰਨ ਦੇ ਵਿੱਚ ਤੁਸੀਂ ਨੋਟ ਕਰੋ ਵੀ ਇੱਕ ਤਾਂ ਜਿਹੜੀ ਇਹਦਾ ਜਿਹੜੀ ਇਹਦੀ ਡੰਡੀ ਜੀ ਦਿੱਤੀ ਆ ਉਹਦਾ ਐਂਗਲ ਬਦਲ ਰਿਹਾ 45 45 ਡਿਗਰੀ ਘੜੀ ਦੀ ਦਿਸ਼ਾ ਦੇ ਉਲਟ ਘੜੀ ਦੀ ਦਿਸ਼ਾ ਅਨੁਸਾਰ ਇੱਥੇ ਸੀ ਰਾ ਇੱਥੇ ਹੋ ਗਿਆ ਅਗਲੀ ਚ ਫੇਰ ਅਗਲੀ ਚ ਇੱਥੇ ਹੋ ਗਿਆ 45 ਡਿਗਰੀ ਦੇ ਹਿਸਾਬ ਨਾਲ ਐਂਗਲ ਬਦਲ ਰਿਹਾ ਹੈ ਇੱਕ ਤਾਂ ਆਪਾਂ ਐਂਗਲ ਬਦਲਣਾ ਹੈ ਕੋਣ ਬਦਲਣਾ 45 ਡਿਗਰੀ ਅੱਗੇ ਵਧਾਉਣਾ ਹੈ ਦੂਜਾ ਪੱਤੀਆਂ ਬਦਲ ਰਹੀਆਂ ਨੇ ਪਹਿਲੀ ਆਪਸ਼ਨ ਚ ਦੋ ਪੱਤੀਆਂ ਸੀ ਫਿਰ ਤਿੰਨ ਹੋ ਗਈਆਂ ਅਗਲੀ ਚ ਚਾਰ ਹੋ ਗਈਆਂ ਮਗਰਲੇ ਪਾਸੇ ਡੰਡੀ ਵਾਲੇ ਪਾਸੇ ਪੱਤੀਆਂ ਬਦਲ ਰਹੀਆਂ ਨੇ ਇੱਕ ਇਹਦੇ ਵਿਚਾਲੇ ਲਾਈਨ ਮਾਰੀ ਹੋਈ ਆ ਇੱਥੇ ਲਾਈਨ ਨਹੀਂ ਮਾਰੀ ਹੋਈ ਇੱਥੇ ਫਿਰ ਵਿਚਾਲੇ ਲਾਈਨ ਮਾਰੀ ਆ ਅਗਲੇ ਦੇ ਵਿੱਚ ਵੀ ਲਾਈਨ ਨਹੀਂ ਮਾਰੀ ਚਾਹੀਦੀ ਠੀਕ ਹੈ ਤਾਂ ਆਪ ਦੇਖੋ ਫਿਰ ਕਿਹਦੇ ਲਈ ਆ ਸਹੀ ਹੈ ਇੱਕ ਤਾਂ ਆਪਾਂ ਐਂਗਲ ਦੇਖਾ ਪਹਿਲਾਂ ਤਾਂ ਆਪਾਂ ਐਂਗਲ ਆਊਗਾ ਇੱਥੇ ਮਤਲਬ ਥੱਲੇ ਨੂੰ ਮੂੰਹ ਹੋਊਗਾ ਦੇਖੋ ਥੱਲੇ ਨੂੰ ਹੀ ਆ ਸਾਰੇ ਚਾਰੇ ਆਪਸ਼ਨਾਂ ਦੇ ਮੂੰਹ ਥੱਲੇ ਨੂੰ ਆ ਦੂਜਾ ਪੱਤੀਆਂ 5 ਹੋਣੀਆਂ ਪਿਛਲੇ ਪਾਸੇ ਲੱਗੂਗੀ ਪੱਤੀ ਪੱਤੀਆਂ 5 ਦੇਖੋ ਆ ਤਿੰਨ ਪਹਿਲੀਆਂ ਤਿੰਨ ਆਪਸ਼ਨਾਂ 'ਚ ਪੱਤੀਆਂ 5 ਨੇ ਪਰ ਇੱਕੋ ਹੀ ਆਪਸ਼ਨ ਤੀਜੀ ਆ ਜਿਹਦੇ ਵਿੱਚ ਜਿਹੜੀ ਲਾਸਟਲੀ ਪੱਤੀ ਆ ਉਹ ਮਗਰਲੇ ਪਾਸੇ ਲੱਗੀ ਹੋਈ ਆ ਦੇਖੋ ਇਹਦੇ 'ਚ ਤਾਂ ਇਹਦੇ ਲਈ ਸਹੀ ਆਪਸ਼ਨ ਕਿਹੜੀ ਆ ਇਹੇ ਆ ਕਲੀਅਰ ਆ ਬੇਟਾ ਅਗਲਾ ਕੁਐਸਚਨ 48ਵਾਂ ਇਹਦੇ ਵਿੱਚ ਵੀ ਆਪਾਂ ਉਮੀ ਲੱਭਣਾ ਦੇਖੋ ਇਹਦੇ ਵਿੱਚ ਕੁਛ ਨਹੀਂ ਕੀਤਾ ਹੋਇਆ ਜਮਾਂ ਸਿੰਪਲ ਹੈ ਬਸ ਐਂਗਲ ਦਾ ਐਂਗਲ ਦਾ ਫਰਕ ਹੈ ਠੀਕ ਹੈ ਕਿੰਨੇ ਕਿਨੇ ਡਿਗਰੀ ਦਾ 45 45 ਡਿਗਰੀ ਦਾ ਫਰਕ 45 45 ਡਿਗਰੀ ਤੇ ਇਸ ਡਾਇਗਰਾਮ ਨੂੰ ਘੁਮਾਈ ਜਾ ਰਹੇ ਨੇ ਇੱਕ ਇੱਥੇ ਫਿਰ ਇੱਥੋਂ 45 ਡਿਗਰੀ ਘੁਮਾਤਾ ਠੀਕ ਹੈ ਫਿਰ 45 ਡਿਗਰੀ ਘੁਮਾਤਾ ਇੱਥੇ ਆ ਗਿਆ ਫਿਰ 45 ਡਿਗਰੀ ਘੁਮਾਤਾ ਇੱਥੇ ਆ ਗਿਆ ਹੁਣ ਆਪਾਂ 45 ਡਿਗਰੀ ਘੁਮਾਵਾਂਗੇ ਤਾਂ ਇੱਥੇ ਆਊਗਾ ਇਧਰ ਨੂੰ ਮੂੰਹ ਆਊਗਾ ਆਹ ਗੋਲੇ ਦਾ ਜਿਹੜਾ ਮੂੰਹ ਹੈ ਉਹ ਇਧਰਲੇ ਪਾਸੇ ਆਊਗਾ ਤਾਂ ਕਿਹੜੇ ਦੇਖੋ ਫਿਰ ਜਿਹੜਿਆ ਦੇਖੋ ਕਿਹੜੀ ਆਪਸ਼ਨ ਚ ਹੈ ਇਸ ਨੂੰ ਗੋਲੇ ਦਾ ਇਧਰ ਮੂੰਹ ਇਸ ਆਪਸ਼ਨ ਚ ਅਗਲੀ ਚ ਬਾਕੀ ਜੇ ਦੇਖੋ ਇੱਥੇ ਚਿੱਟਾ ਜਾ ਆ ਗਿਆ ਇਹਦੇ ਚ ਹੈ ਹੀ ਨਹੀਂ ਇਹਦੇ ਚ ਵੀ ਚਿੱਟਾ ਜਾ ਗਿਆ ਤਾਂ ਕਿਹੜੀ ਆਪਸ਼ਨ ਹੈ ਤੇ ਲਈ ਪਹਿਲੀ ਆਪਸ਼ਨ ਇਹਦੇ ਲਈ ਸਹੀ ਆਪਸ਼ਨ ਹੈ ਇਹ ਤਾਂ ਸਿੰਪਲੀ ਸੀ ਕੁਐਸਚਨ ਅਗਲਾ ਦੇਖੋ 49ਵਾਂ ਪ੍ਰਾਚਨ ਚਿੱਤਰ ਦਿੱਤੇ ਹੋਏ ਆਪਾਂ ਨੂੰ ਕੁਐਸਚਨ ਮਾਰਕ ਤੇ ਦੱਸਣਾ ਕੀ ਆਏਗਾ ਇਹਦੇ ਵਿੱਚ ਵੀ ਐਂਗਲ ਦਾ ਫਰਕ ਹੈ ਬਾਕੀ ਕੋਈ ਫਰਕ ਨਹੀਂ ਦੇਖੋ ਕਿੰਨੇ ਡਿਗਰੀ ਦਾ ਫਰਕ ਹੈ ਕਿੰਨੇ ਡਿਗਰੀ ਦਾ ਹੋ ਜੂਗਾ ਵੀ 90 ਦਾ ਦੇਖੋ ਪਹਿਲਾਂ ਇੱਧਰ ਸੀ ਫਿਰ ਇੱਧਰਲੇ ਪਾਸੇ ਹੋ ਗਿਆ ਅਗਲੀ ਡਾਇਗ੍ਰam 'ਚ ਫਿਰ ਇੱਧਰ ਹੋ ਗਿਆ ਹੁਣ ਕਿੱਧਰਲੇ ਪਾਸੇ ਆਊਗਾ ਇੱਧਰ ਤੇ ਵਰਗ ਹੋਮੀ ਤਾਂ ਇੱਧਰਲੇ ਪਾਸੇ ਆ ਕਿਹੜੀ ਡਾਇਗ੍ਰam 'ਚ ਹੋ ਰਿਹਾ ਦੂਜੀ ਡਾਇਗ੍ਰam 'ਚ ਇਹ ਇੱਧਰਲੇ ਪਾਸੇ ਹੋ ਰਿਹਾ ਦੇਖੋ ਹੋ ਰਿਹਾ ਨਾ ਤਾਂ ਇਹਦੇ ਲਈ ਦੂਜੀ ਡਾਇਗ੍ਰam ਦੂਜੀ ਉਤਰਾਇੜਾਉ ਆਏਗਾ ਕੁਐਸਚਨ ਮਾਰਕ ਦਿੱਜਿਆਗਾ ਤੇ ਅਗਲਾ ਲਾਸਟ ਕੁਐਸਚਨ ਕਹਿੰਦਾ ਦਿੱਤੇ ਗਏ ਚਿੱਤਰ ਵਿੱਚ ਕਿੰਨੇ ਵਰਗ ਹਨ ਦੇਖੋ ਹਾਊ many square are there in the given figure 6 5 4 3 ਗਿਣ ਸਕਦੇ ਆਪਾਂ ਕਿੰਨੇ ਵਰਗ ਨੇ ਇਹਦੇ ਵਿੱਚ ਦੇਖੋ ਬੇਟਾ ਇੱਕ ਹੋ ਗਿਆ ਆਹ ਵਾਲਾ ਵਰਗ 2 ਹੋ ਗਏ 3 ਹੋ ਗਏ ਤੇ ਇੱਕ ਵਿੱਚ ਹੋ ਗਿਆ ਇਹ ਵਾਲਾ ਪੂਰਾ ਦੇਖੋ ਆ ਹੋ ਗਿਆ 1 5 5 ਹੋ ਗਏ ਨਾ ਹੋਰ ਤਾਂ ਨਹੀਂ ਕੋਈ ਵਰਗ ਹੈਗਾ ਤਾਂ ਇਹਦੇ ਲਈ ਸਹੀ ਆਪਸ਼ਨ ਕੀ ਹੈ ਇਹਦੇ ਗਿਣਤੀ ਆਪਾਂ ਜਦੋਂ ਕਰੀ ਕਿੰਨੇ ਵਰਗ ਨੇ ਇਹਦੇ ਵਿੱਚ 5 ਨਹੀਂ ਤਾਂ ਇਹਦੇ ਲਈ ਸਹੀ ਉੱਤਰ ਕੀ ਆਏਗਾ 5 ਜਾਏਗਾ ਹੁਣ ਆਪਾਂ ਬੇਟਾ ਗੱਲ ਕਰਦੇ ਹਾਂ ਉਹਨਾਂ ਕੁਛ ਨਾਲ ਦੀ ਜਿਹੜੇ ਤੁਹਾਨੂੰ ਮੈਂ ਸੋਲਵ ਕਰਨ ਲਈ ਕਹੇ ਸੀ ਮੈਨੂੰ ਉਮੀਦ ਹੈ ਤੁਸੀਂ ਕਰ ਲਏ ਹੋਣਗੇ ਤਾਂ ਤੁਸੀਂ ਹੁਣ ਆਪਣੇ ਉੱਤਰਾਂ ਦਾ ਮਿਲਾਨ ਕਰ ਲੈਣਾ ਵੀ ਤੁਸੀਂ ਇਹ ਜਿਹੜੇ ਉਹ ਕੁਐਸਚਨ ਸੋਲਵ ਕੀਤੇ ਸੀ ਮੇਰੇ ਵੱਲ ਜੋ 8 ਕੁਐਸਚਨ ਦਿੱਤੇ ਸੀ ਤੁਹਾਡੇ ਉਹ ਸਹੀ ਹੈ ਜਾਂ ਗਲਤ ਪਹਿਲਾ ਕੁਐਸਚਨ ਦੇਖੋ 240 ਪਹਿਲਾ ਕੁਐਸਚਨ ਪੜੋ 1 ਤੋਂ 3 ਤੱਕ ੇਠਾਂ ਲਿਖੇ ਪ੍ਰਸ਼ਨਾਂ ਵਿੱਚ ਅੰਕਾਂ ਦੀ ਲੜੀ ਦਿੱਤੀ ਗਈ ਹੈ ਜਿਸ ਵਿੱਚ ਅੰਕਾਂ ਦਾ ਆਪਸੀ ਸਬੰਧ ਹੈ ਖਾਲੀ ਥਾਂ ਭਰਨ ਲਈ ਦਿੱਤੇ ਗਏ ਚਾਰ ਵਿਕਲਪਾਂ ਵਿੱਚੋਂ ਸਹੀ ਉੱਤਰ ਚੁਣੋ ਪਹਿਲਾ ਕੁਐਸਚਨ 240 48 12 4 ਦੇਖੋ ਇਹ ਘਟਾ ਕੇ ਜੇ ਘਟਾਉਣ ਦੇ ਹਿਸਾਬ ਨਾਲ ਦੇਖ ਲਈਏ ਆਪਾਂ ਘਟਾ ਕੇ ਦੇਖ ਲਓ ਤੁਸੀਂ 240 ਜੜ 48 12 ਇਸ ਹਿਸਾਬ ਨਾਲ ਕੋਈ ਵੀ ਇਹਦਾ ਪੈਟਰਨ ਨਹੀਂ ਬੰਦਾ ਨਾ ਹੀ ਇਹ ਕਿਸੇ ਚੀਜ਼ ਦਾ ਸਕੁਅਰ ਬਣ ਰਿਹਾ ਇਹਨੇ ਨਾ ਹੀ ਇਹ ਕਿਸੇ ਚੀਜ਼ ਦਾ ਕਯੂਬ ਬਣ ਰਿਹਾ ਨੇ ਜੇ ਆਪਾਂ ਨੂੰ ਪਤਾ ਲੱਗੇ ਤਾਂ ਇਹ ਭਾਗ ਕਰਕੇ ਬਣਿਆ ਹੋਇਆ ਦੇਖੋ ਜੇ 240 ਨੂੰ ਆਪਾਂ 5 ਨਾਲ ਭਾਗ ਕਰਤੀਏ 240 ਨੂੰ ਆਪਾਂ 5 ਨਾਲ ਭਾਗ ਕਰਤੀਏ ਤਾਂ ਆਪਣੇ ਕੋਲ 48 ਆ ਜਾਏਗਾ ਜੇ 48 ਨੂੰ ਆਪਾਂ ਅੱਗੇ 4 ਨਾਲ ਭਾਗ ਕਰਦੀਏ ਤਾਂ ਆਪਣੇ ਕੋਲ 12 ਆ ਜਾਏਗਾ ਇੱਕ ਇਹ 12 ਨੂੰ ਆਪਾਂ 3 ਨਾਲ ਭਾਗ ਕਰਦੀ ਆਪਣੇ ਕੋਲੇ 4 ਆ ਜਾਏਗਾ ਹੁਣ ਆਪਾਂ 4 ਨੂੰ ਕਿਹਦੇ ਨਾਲ ਭਾਗ ਕਰਾਂਗੇ 2 ਨਾਲ 4 ਨੂੰ ਜੇ ਆਪਾਂ 2 ਨਾਲ ਭਾਗ ਕਰ ਦਾਂਗੇ ਤਾਂ ਆਪਣੇ ਕੋਲ ਕਿੰਨਾ ਆ ਜਾਏਗਾ 2 ਤਾਂ 2 ਇਹਦੇ ਲਈ ਸਹੀ ਉੱਤਰ ਹੈ ਠੀਕ ਹੈ ਬੇਟਾ ਜਾਂ ਆਪਾਂ ਪਿਛਲੇ ਪਾਸੇ ਸ਼ੁਰੂ ਕਰ ਲਓ 2 2 ਦੋਣੀ 4 4 3 12 12 48 48 52 240 ਤਾਂ 2 ਇਹਦੇ ਲਈ ਸਹੀ ਆਪਸ਼ਨ ਹੈ ਅਗਲਾ ਕੁਐਸਚਨ ਦੂਜਾ 3 7 15 31 63 ਦੇਖੋ ਇਹਨੂੰ ਦੇਖੋ ਕਿਵੇਂ ਬਣਿਆ ਹੋਇਆ ਹੈ ਇਹ ਸ਼ਾਇਦ ਤੁਹਾਨੂੰ ਪਤਾ ਹੋਵੇ ਵੀ ਕਿਵੇਂ ਬਣਿਆ ਹੋਇਆ ਹੈ ਦੋ ਨਾਲ ਗੁਣਾ ਕਰਕੇ ਇੱਕ ਜੋੜਿਆ ਹੋਇਆ ਜਿਵੇਂ 3 2 6 ਤੇ 1 7 ਅੱਗੇ 7 2 14 ਤੇ 1 15 ਅੱਗੇ 15 2 16 ਤੇ 1 15 2 30 ਤੇ 1 31 ਐਵੇਂ 31 2 62 ਤੇ 1 63 ਠੀਕ ਹੈ ਬੇਟਾ ਮਤਲਬ ਪਹਿਲਾਂ ਉਹਨੂੰ 2 ਨਾਲ ਗੁਣਾ ਕੀਤੀ ਬਾਅਦ ਦੇ ਵਿੱਚ ਇੱਕ ਜੋੜਿਆ ਹੋਇਆ ਹਰ ਵਾਰ ਰਕਮ ਨੂੰ 2 ਨਾਲ ਗੁਣਾ ਕਰਕੇ ਇੱਕ ਜੋੜਿਆ ਹੋਇਆ 3 ਦੀ ਜੇ ਗੱਲ ਕਰੀਏ 3 ਦੁਨੀ 6 ਤੇ 1 7 ਅੱਗੇ 7 ਤੋਂ 7 ਦੁਨੀ 14 ਤੇ 1 15 15 ਤੋਂ 15 ਦੁਨੀ 30 ਤੇ 1 31 ਐਵੇਂ 31 ਤੋਂ 31 ਦੁਨੀ 62 ਤੇ 1 63 ਤਾਂ ਅਗਲੇ ਲਈ ਫਿਰ ਆਪਾਂ 2 ਨਾਲ ਗੁਣਾ ਕਰਕੇ ਇੱਕ ਜੋੜ ਦਾਂਗੇ ਤਾਂ 63 ਦੁਨੀ ਕਿੰਨੇ ਹੋਣਗੇ ਵੀ 126 ਤੇ ਫਿਰ ਇੱਕ ਜੋੜ ਦਾਂਗੇ ਕਿੰਨਾ ਬਣ ਜਾਏਗਾ 127 ਤਾਂ ਇਹਦੇ ਲਈ ਸਹੀ ਆਪਸ਼ਨ ਕਿੰਨੀ ਹੋਣੀ ਸੀ 127 ਆਉਣੀ ਸੀ ਅਗਲਾ ਕੁਐਸਚਨ ਤੀਜਾ 445 444 442 439 ਤੇ 435 ਮੈਨੂੰ ਉਮੀਦ ਆ ਵੀ ਇਹ ਕੁਐਸਚਨ ਆ ਜਿਹੜਾ ਹਰੇਕ ਬੱਚੇ ਨੇ ਕਰ ਲਿਆ ਹੁਣ ਕਿਉਂਕਿ ਇਹ ਘਟਾਵਾ ਵਾਲਾ ਕੁਐਸਚਨ ਹੈ ਸਿੰਪਲ ਹੈ ਪਹਿਲੇ ਜੀ ਕੀ ਕੀਤਾ ਹੋਇਆ ਇੱਕ ਘਟਾਤਾ ਦੇਖੋ ਬੇਟਾ ਇੱਕ ਘਟਾਤਾ ਨਾ ਫਿਰ 2 ਘਟਾਤੇ ਫਿਰ 3 ਘਟਾਤੇ ਫਿਰ 4 ਘਟਾਤੇ ਹੁਣ ਆਪਾਂ ਕਿੰਨੇ ਘਟਾ ਦਾਂਗੇ 5 445 ਤੋਂ 1 ਘਟਾ ਕੇ 444 ਆਇਆ 444 'ਚ 2 ਘਟਾ ਕੇ 442 442 'ਚ 3 ਘਟਾ ਕੇ 439 439 'ਚ 4 ਘਟਾ ਕੇ 435 ਹੁਣ ਆਪਾਂ ਕਿੰਨੇ ਘਟਾਉਣੇ ਆ 5 435 'ਚ 5 ਘਟਾ ਕੇ ਕਿੰਨੀ ਉੱਤਰ ਆ ਜੂ ਆਪਣੇ ਕੋਲੇ 430 ਆ ਜਾਏਗਾ ਅਗਲਾ ਕੁਐਸਚਨ ਭਿੰਨ ਵਿਕਲਪ ਦੀ ਚੋਣ ਕਰੋ ਚੌਥਾ ਮਾਤਾ ਜਿਹੜੇ ਆਪਸ਼ਨਾਂ ਨੇ ਮਾਤਾ ਪਿਤਾ ਦੋਸਤ ਭਰਾ ਚੋਣ ਲਿਆ ਹੁਣ ਇਹਦੇ ਲਈ ਕਿੰਨੇ ਬੇ ਗਲਪ ਕੀ ਹੈ ਬੇਟਾ ਦੋਸਤ ਦੋਸਤ ਤਾਂ ਜਿਹੜਾ ਉਹ ਖੂਨ ਦੇ ਰਿਸ਼ਤੇ 'ਚ ਨਹੀਂ ਆਉਂਦਾ ਦੋਸਤ ਕੋਈ ਬਾਹਰੋਂ ਵੀ ਹੋ ਸਕਦਾ ਪਰ ਬਾਕੀ ਰਿਸ਼ਤੇ ਆ ਜਿਹੜੇ ਉਹ ਖੂਨ ਦੇ ਰਿਸ਼ਤੇ ਵਜਿਦ ਨੇ ਮਾਤਾ ਪਿਤਾ ਤੇ ਭਰਾ ਤਾਂ ਇਹਦੇ ਲਈ ਦੋਸਤ ਅੱਡ ਦੀ ਵਿਕਲਪ ਹੈ ਪੰਜਵਾਂ ਕੁਐਸਚਨ ਇੱਕ ਪਹਿਲੀ ਆਪਸ਼ਨ 3 4 13 5 6 31 6 7 44 8 9 73 ਦੇਖੋ ਕੀ ਪੈਟਰਨ ਬਣਦਾ ਹੈ ਤਾਂ ਬਣਾਉਣੇ ਆਪਾਂ ਕੀ ਪਹਿਲੇ ਦੋ ਤੋਂ ਤੀਜਾ ਕਿਵੇਂ ਬਣਦਾ ਹੈ ਪਹਿਲੀ ਆਪਸ਼ਨ ਦੇ ਲਈ ਦੇਖੋ ਤੇਨੇ ਜੋ ਕਿ 12 ਤੱਕ 13 ਦੂਜੀ ਲਈ 5 6 ਦਾ 30 ਤੱਕ 31 ਚੌਥੀ ਲਈ 8 9 72 ਤੱਕ 73 ਤੀਜੀ ਲਈ 6 7 42 ਤੇ 1 43 ਆਉਣਾ ਚਾਹੀਦਾ ਸੀ ਜਿਹੇ ਭਿੰਨ ਨਾ ਹੁੰਦਾ ਪਰ ਹੁਣ ਇਹਦੇ ਲਈ ਕੀ ਜੋੜ ਤੇ ਦੋ ਬਾਕੀਆਂ ਲਈ ਤਾਂ ਦੇਖੋ ਗੁਣਾ ਕਰਕੇ ਇੱਕ ਜੋੜਿਆ ਹੋਇਆ ਇਹਦੇ ਲਈ ਗੁਣਾ ਕਰਕੇ ਕੀ ਜੋੜ ਤੇ ਦੋ ਜੋੜ ਤੇ ਤਾਂ ਇਹ ਇਹਦੇ ਲਈ ਕੀ ਹੈ ਭਿੰਨ ਵਿਕਲਪ ਹੈ ਹਰੇਕ ਲਈ ਹਰੇਕ ਪੰਜਵੇਂ ਦੇ ਵਿੱਚ ਹਰੇਕ ਆਪਸ਼ਨ ਲਈ ਪਹਿਲੇ ਦੋ ਨੂੰ ਗੁਣਾ ਕਰਕੇ ਇੱਕ ਜੋੜਿਆ ਹੋਇਆ ਪਰ ਇਹਦੇ ਵਿੱਚ ਕੱਲੇ ਵਾਸਤੇ ਕੀ ਆ ਰਿਹਾ ਗੁਣਾ ਕਰਕੇ ਦੋ ਜੋੜੇ ਹੋਏ ਆ ਤਾਂ ਫਿਰ ਇਹ ਹੀ ਵਿਕਲਪ ਕੀ ਹੈ ਅੱਡ ਦਾ ਵੀ ਗਲਪ ਹੈ ਇਹਦੇ ਵਿੱਚ ਅਗਲਾ ਜਨਵਰੀ ਮਾਰਚ ਅਪ੍ਰੈਲ ਮਈ ਅਗਰ ਤੁਹਾਨੂੰ ਇਹੋ ਜਿਹਾ ਕੁਐਸਚਨ ਪੇਪਰ 'ਚ ਆਉਂਦਾ ਹੈ ਮਹੀਨਿਆਂ ਵਾਲਾ ਠੀਕ ਹੈ ਜਾਂ ਸਾਲ ਵਾਲਾ ਸਾਲ ਵਾਲਾ ਆਪਾਂ ਨੂੰ ਵਿਕਲਪ ਕਿਵੇਂ ਹੋ ਸਕਦਾ ਵੀ ਕੋਈ ਸਾਲ ਆ ਜਿਹੜਾ ਲੀਪ ਦਾ ਹੋ ਸਕਦਾ ਬਾਕੀ ਲੀਪ ਦੇ ਨਹੀਂ ਹੋ ਸਕਦੇ ਠੀਕ ਹੈ ਐਵੇਂ ਹਲੀਪ ਦਾ ਸਾਲ ਉਹ ਹੁੰਦਾ ਜਿਹੜਾ ਸਾਲ 4 ਤੇ ਵੰਡਿਆ ਜਾਵੇ ਜਿਵੇਂ 2016 2016 ਨੂੰ 4 ਤੇ ਵੰਡ ਦਾਂਗੇ ਤਾਂ ਉਹ ਕੀ ਹੋਊਗਾ ਲੀਪ ਦਾ ਸਾਲ ਹੋਏਗਾ ਜਾਂ ਲੀਪ ਦਾ ਸਾਲ ਹੋ ਸਕਦਾ ਜਾਂ ਲੀਪ ਦਾ ਨਹੀਂ ਹੋ ਸਕਦਾ ਇੱਥੇ ਜਿਹੜੇ ਮਹੀਨਿਆਂ ਦੇ ਵਿੱਚ ਕੋਈ ਮਹੀਨੇ 30 ਦੇ ਹੋ ਸਕਦੇ ਨੇ ਕੋਈ 31 ਦਾ ਹੋ ਸਕਦਾ ਜਿਹੜਾ 31 ਦਾ ਉਹ ਅਟਦਾ ਹੋਏਗਾ ਜੇ ਬਾਕੀ ਸਾਰੇ 30 ਦੇ ਨੇ ਐਵੇਂ ਹੀ ਇੱਥੇ ਆ ਜਿਵੇਂ ਛੇਵਾਂ ਕੁਐਸਚਨ ਜਨਵਰੀ ਮਾਰਚ ਅਪ੍ਰੈਲ ਤੇ ਮਈ ਆਪਾਂ ਨੂੰ ਪਤਾ ਜਨਵਰੀ ਵੀ 31 ਦੀ ਹੁੰਦੀ ਹੈ ਮਾਰਚ ਵੀ 31 ਦਾ ਤੇ ਮਈ ਵੀ 31 ਦਾ ਅਪ੍ਰੈਲ ਆ ਜਿਹੜਾ ਉਹ 30 ਦਾ ਹੁੰਦਾ ਹੈ ਤਾਂ ਇਸ ਲਈ ਇਹ ਅਪ੍ਰੈਲ 8 ਦਾ ਇਹਦੇ ਵਿੱਚ ਅਗਲਾ ਕੁਐਸਚਨ ਦੇਖੋ 7ਵਾਂ ਦੇਖੋ ਆਪਣੇ ਕੋਲ ਕ੍ਰੋਸ ਵਰਗ ਜਿਹਾ ਬਣਿਆ ਹੋਇਆ ਹੈ ਇਹਦੇ ਵਿੱਚ ਰਕਮਾਂ ਲਿਖੀਆਂ ਪਹਿਲੀ 22 33 43 23 32 42 24 54 ਅੱਗੇ ਖਾਲੀ ਥਾਂ ਦੱਸਣਾ ਕੀ ਇਹਨੂੰ ਆਪਾਂ ਹੱਲ ਕਰਦੇ ਹਾਂ ਦੇਖੋ ਬੇਟਾ 7ਵੇਂ ਕੁਐਸਚਨ ਦੇ ਵਿੱਚ ਆਪਣੇ ਕੋਲ ਇਹ ਵਰਗ ਜਿਹਾ ਬਣਿਆ ਹੋਇਆ ਉਹਦੇ ਵਿੱਚ ਸੰਖਿਆਵਾਂ ਕੀ ਹੋਣਾ ਆਪਾਂ ਇੱਥੇ ਦੱਸਣਾ ਵੀ ਕੀ ਆਏਗਾ ਤਾਂ ਆਪਾਂ ਪਹਿਲਾਂ ਆਪਾਂ ਦੇਖਦੇ ਹਾਂ ਵੀ ਆਹ ਪਹਿਲੀਆਂ ਦੋ ਸੰਖਿਆਵਾਂ ਤੋਂ ਆਹ ਕਿਵੇਂ ਬਣੀ ਜੇ ਆਪਾਂ ਇਹ ਲੱਭ ਲਿਆ ਫਿਰ ਆਪਾਂ ਆ ਵੀ ਲੱਭ ਲਾਂਗੇ ਠੀਕ ਹੈ ਤਾਂ ਆਪਾਂ ਦੇਖਦੇ ਹਾਂ ਦੇਖੋ ਪਹਿਲਾਂ ਤਾਂ ਤੁਸੀਂ ਇਹਨਾਂ ਦੋਹਾਂ ਦੀ ਗੁਣਾ ਕਰੋ 2 2 ਕਿੰਨਾ ਬਣ ਗਿਆ ਬੇਟਾ ਇਹ 4 ਠੀਕ ਹੈ ਇਹਨਾਂ ਦੋਹਾਂ ਦੀ ਗੁਣਾ ਕੀਤੀ 2 3 ਕਿੰਨਾ ਬਣ ਗਿਆ 2 3 6 ਫਿਰ ਜਿਹੜਾ ਆਹ ਆ 4 6 ਇਹਨਾਂ ਦੋਹਾਂ ਦੀ ਗੁਣਾ ਕਰੋ 4 6 ਇਹਨਾਂ ਬਣ ਗਿਆ 24 ਬਣ ਗਿਆ ਨਾ ਆਪਣੇ ਕੋਲ 24 ਤਾਂ ਬਣ ਗਿਆ ਦੇਖੋ ਪਹਿਲਾਂ ਇਹਨਾਂ ਦੀ ਆਪਸ ਵਿੱਚ ਗੁਣਾ ਕਰ ਲਈ ਦੋਨਾਂ ਦੀ ਫਿਰ ਦੋਨਾਂ ਨੂੰ ਗੁਣਾ ਕਰਤੀ 2 2 4 2 3 6 6 4 24 ਐਵੇਂ ਦੂਜੇ ਤੇ ਲਾ ਕੇ ਦੇਖਦੇ ਹਾਂ ਬੰਦਾ 3 3 ਕਿੰਨਾ ਬਣ ਗਿਆ 9 ਫਿਰ ਅੱਗੇ 3 2 ਕਿੰਨਾ ਬਣਦਾ ਬੇਟਾ 6 ਨਾ 9 6 ਕਿੰਨਾ ਬਣ ਗਿਆ 54 ਬਣ ਗਿਆ ਨਾ 53 ਪਹਿਲਾਂ ਆਪਸ ਵਿੱਚ ਗੁਣਾ ਕਰ ਲੋ ਫਿਰ ਇਹਨਾਂ ਦੀ ਆਪ ਕੱਲੇ-ਕੱਲੇ ਦੀ ਗੁਣਾ ਠੀਕ ਹੈ 54 ਬਣ ਗਿਆ ਐਵੇਂ ਫਿਰ ਆਪਾਂ ਇਹਦੇ ਤਲਾਵਾਂਗੇ 4 3 ਕਿੰਨੇ ਹੋ ਗਏ 12 ਐਵੇਂ 4 2 ਕਿੰਨਾ ਹੋ ਜਾਏਗਾ ਬੇਟਾ 8 ਕਿਹਦੀ-ਕਿਹਦੀ ਗੁਣਾ ਕਰਨੀ ਆਪਾਂ 12 8 12 8 96 ਤਾਂ ਆਪਣੇ ਕੋਲੇ ਜਿਹੜਾ ਸਹੀ ਆਪਸ਼ਨ ਆਏਗਾ ਉਹ ਕੀ ਆਏਗਾ 96 ਨੂੰ ਹੱਲ ਕਰਕੇ ਸਹੀ ਆਪਸ਼ਨ ਕੀ ਆ ਆਪਣੇ ਕੋਲੇ 96 8ਵਾਂ ਕੁਐਸਚਨ ਦੇਖੋ ਕੀ ਬਣਿਆ ਇੱਥੇ ਆਪਾਂ ਦੱਸ ਰਹੇ ਹਾਂ ਖਾਲੀ ਥਾਂ 'ਚ ਕੀ ਆਏਗਾ ਪਹਿਲਾਂ ਆਪਾਂ ਜਿਹੜੇ ਦਿੱਤੇ ਹੋਏ ਉਹਨਾਂ ਤੋਂ ਬਣਾਉਣੇ ਆ 2 ਤੇ 3 ਕਿੰਨੇ ਹੁੰਦੇ ਆ ਵੀ 5 5 ਦਾ ਸਕੁਅਰ ਕਰਾਂਗੇ ਆਪਣੇ ਕੋਲੇ 25 ਬਣ ਜਾਏਗਾ ਇਧਰ ਇਧਰੋਂ 5 ਤੇ 4 9 ਹੁੰਦੇ ਆ 9 ਦਾ ਸਕੁਅਰ ਆਪਣੇ ਕੋਲੇ 81 ਬਣ ਜਾਏਗਾ ਇਧਰੋਂ 5 ਤੇ 3 8 ਇਹ ਰਕਮ ਗਲਤ ਹੈ ਇੱਥੇ 64 ਆਉਣਾ ਸੀ 5 ਤੇ 3 8 8 ਦਾ ਸਕੁਅਰ ਕੀਤਾ 64 ਆਏਗਾ ਉਮੀ ਆਪਾਂ ਇੱਥੋਂ ਕੱਢਾਂਗੇ 4 ਤੇ 2 6 6 ਦਾ ਸਕੁਅਰ ਕੀਤਾ 36 ਤਾਂ ਇਹਦੇ ਲਈ ਆਪਸ਼ਨ ਤਾਂ ਸਹੀ 36 ਆਏਗੀ ਇਹ ਕੁਐਸਚਨ ਆ ਜਿਹੜਾ ਇਹ 2016 ਦੇ ਵਿੱਚ ਆਇਆ ਐਨਐਮਐਸ ਦੇ ਵਿੱਚ ਇਹ ਇਹਦੀ ਤੁਹਾਨੂੰ ਗ੍ਰੇਸ ਮਿਲੀ ਹੋਈ ਆ ਜਿਹੜੇ ਬੱਚਿਆਂ ਨੇ ਪੇਪਰ ਦਿੱਤਾ ਉਹਨਾਂ ਨੂੰ ਪਤਾ ਹੋਊਗਾ ਵੀ ਇਹ ਕੁਐਸਚਨ ਦੇ ਲਈ ਇੱਥੇ 49 ਗਲਤ ਦੇ ਰਖਿਆ ਇੱਥੇ ਤਾਂ ਉਸ ਕਰਕੇ ਇਸ ਕੁਐਸਚਨ ਦੀ ਗ੍ਰੇਸ ਮਿਲੀ ਆ ਜ਼ਰੂਰੀ ਨਹੀਂ ਵੀ ਕੁਐਸਚਨ ਗਲਤ ਹੋਵੇ ਇੱਥੇ ਗਲਤ ਦੇ ਰਖਿਆ ਤੇ 64 ਹੋਣਾ ਸੀ ਤਾਂ 65 ਦੇ ਹਿਸਾਬ ਨਾਲ ਹੱਲ ਕਰਦੇ ਆ ਇਹਨੂੰ ਜੇ ਇਹੋ ਜਿਹਾ ਕੋਈ ਕੁਐਸਚਨ ਆਉਂਦਾ ਜਿਹਦੇ ਵਿੱਚ ਰਕਮ ਗਲਤ ਦਿੱਤੀ ਹੈ ਤਾਂ ਤੁਹਾਨੂੰ ਉਹਦੇ ਨੰਬਰ ਮਿਲਨੇ ਹੀ ਮਿਲਨੇ ਆ ਪੱਕਾ ਜਿਵੇਂ ਆਪਾਂ 64 ਦੇ ਹਿਸਾਬ ਨਾਲ ਇਹਨੂੰ ਹੱਲ ਕਰਦੇ ਆ 2 ਤੇ 3 5 5 ਦਾ ਸਕੁਅਰ ਕੀਤਾ 25 ਐਵੇਂ 5 ਤੇ 3 8 8 ਦਾ ਸਕੁਅਰ ਕੀਤਾ ਇੱਥੇ 64 ਦਿੱਤਾ ਹੋਇਆ ਆਪਾਂ ਨੂੰ ਤੇ ਐਵੇਂ 5 ਤੇ 09 9 ਦਾ ਸਕੁਅਰ ਕੀਤਾ 81 ਤਾਂ ਫਿਰ ਇਹਨਾਂ ਲਈ ਵੀ ਆਪਾਂ ਇੰਝ ਕਰਾਂਗੇ 4 ਤੇ 2 6 6 ਦਾ ਸਕੁਅਰ ਕੀਤਾ ਇੱਥੇ ਕਿੰਨਾ ਆਏਗਾ 36 ਤੇ ਤੇ ਲਈ ਸਹੀ ਆਪਸ਼ਨ ਕੀ ਹੋਵੇਗੀ 36 ਮੈਨੂੰ ਉਮੀਦ ਆ ਤੁਹਾਨੂੰ ਇਹ ਅੱਜ ਦੀ ਵੀਡੀਓ ਜਿਹੜੀ ਉਹ ਪਸੰਦ ਆਈ ਹੋਵੇਗੀ ਅਗਲੀ ਵੀਡੀਓ ਲੈ ਕੇ ਚੱਲਦਾ ਆਵਾਂਗੇ ਧੰਨਵਾਦ